ਮੈਂ ਕਹਿੰਦੀ ਤੂੰ ਮੇਰੇ ਨਾਲ 30 ਲੱਖ ਰੁਪਈਆ ਦੇ ਕੇ ਨਿਬੇੜ ਲਾ ਆਪਦਾ ਆਈਗਾ ਹਾਂਜੀ ਹੁਣ ਨਹੀਂ ਮੰਨ ਰਹੀ ਹਾਂਜੀ ਹਾਂਜੀ ਔਰ ਮੇਰੇ ਨਾਲ ਵਰਬਲੀ ਤੌਰ ਤੇ ਗੱਲਬਾਤ ਹੋਈ ਕਹਿੰਦੀ ਉਸ ਤੋਂ ਬਾਅਦ ਮੈਨੂੰ ਕਹਿੰਦੀ ਮੈਂ 2 ਮਿੰਟ ਲਾਇਆ 21 ਤਰੀਕ ਨੂੰ ਮੈਂ ਛੱਡਿਆ ਪਿੰਡ ਹੁੰਦੀ ਸੀ ਉਸ ਤੋਂ ਬਾਅਦ ਮੈਂ ਇਹਨੂੰ ਉੱਥੋਂ ਲੈਣ ਗਿਆ ਮੈਨੂੰ ਮਨਾ ਕਰਤਾ ਕਹਿੰਦੀ ਮੈਂ ਨਹੀਂ ਮੈਂ ਹਾਂ ਹੁਣ ਘਰ ਬਿਠਾਉਣਾ ਨਹੀਂ ਕਹੀ ਨਹੀਂ ਮੈਂ 15 ਲੱਖ ਮੇਰਾ 15 ਲੱਖ ਮੇਰੇ ਮੁੰਡੇ ਦਾ 30 ਲੱਖ ਰੁਪਏ ਦੇ ਮੈਂ ਨਾ ਤਲਾਕ ਲੈ ਤੂੰ ਆਉਂਦਾ ਜਾ ਮੈਂ ਲੋਕਾਂ ਦੀ ਆਵਾਜ਼ ਟੀਵੀ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਨਿਸ਼ਾਨ ਸਿੰਘ ਅੱਜ ਇੱਕ ਬਹੁਤ ਵੱਡੀ ਖਬਰ ਲੈ ਕੇ ਆਏ ਹਾਂ ਸੋ ਦਰਸ਼ਕੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਅੱਜ ਪਿੰਡ ਹਮੀਦੀ ਦੇ ਵਿੱਚ ਇੱਕ ਸਿੱਖ ਰੈਜੀਮੈਂਟ ਦਾ ਫੌਜੀ ਨੌਜਵਾਨ ਟੈਂਕੀ 'ਤੇ ਚੜ੍ਹ ਗਿਆ ਮਾਮਲਾ ਪਰਿਵਾਰਕ ਦੱਸਿਆ ਜਾ ਰਿਹਾ ਹੈ ਝਗੜਾ ਫੌਜੀ ਦੀ ਧਰਮ ਪਤਨੀ ਅਤੇ ਫੌਜੀ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫੌਜੀ ਟੈਂਕੀ 'ਤੇ ਚੜ੍ਹਿਆ ਦਿਖਾਈ ਦੇ ਰਿਹਾ ਹੈ ਇੱਥੇ ਪੁਲਿਸ ਵੀ ਪਹੁੰਚ ਚੁੱਕੀ ਹੈ ਅਤੇ ਫੌਜੀ ਜੋ ਟੈਂਕੀ 'ਤੇ ਚੜ੍ਹਿਆ ਹੈ ਉਸ ਦੇ ਨਾਲ ਗੱਲਬਾਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸੋ ਇੱਥੇ ਭਾਰੀ ਲੋਕਾਂ ਦਾ ਇਕੱਠ ਫੌਜੀ ਦੀਆਂ ਤਸਵੀਰਾਂ ਟੈਂਕੀ 'ਤੇ ਚੜ੍ਹੇ ਦੀਆਂ ਦੇਖ ਰਹੇ ਹਨ ਸੋ ਦੱਸਣਯੋਗ ਹੈ ਕਿ ਫੌਜੀ ਪਿੰਡ ਟੋਲੀਵਾਲ ਦਾ ਹੈ ਅਤੇ ਪਿੰਡ ਹਮੀਦੀਵਾਲ ਵਿਆਹਿਆ ਹੋਇਆ ਹੈ ਫੌਜੀ ਛੁੱਟੀ 'ਤੇ ਹੈ ਫੌਜੀ ਅਤੇ ਧਰਮਪਤਨੀ ਵਿੱਚ ਲੜਾਈ ਝਗੜਾ 3 ਸਾਲਾਂ ਤੋਂ ਚੱਲ ਰਿਹਾ ਹੈ ਫੌਜੀ ਨੇ ਛੁੱਟੀ ਕੱਟ ਕੇ ਵੀ ਜਾਣਾ ਸੀ ਘਰ ਵਾਲੀ ਟੈਂਟੀ ਕਾਰਡ ਨਹੀਂ ਦੇ ਰਹੀ ਹੈ ਸੋ ਫੌਜੀ ਨੇ ਸੋ ਦੋਸਤੋ 30 ਲੱਖ ਰੁਪਏ ਲੈਣ ਦੇ ਪਰਿਵਾਰ 'ਤੇ ਇਲਜ਼ਾਮ ਲਗਾਏ ਹਨ ਸੋ ਪੁਲਿਸ ਫੌਜੀ ਨਾਲ ਗੱਲਬਾਤ ਕਰਨ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਸੋ ਦੋਸਤੋ ਫੌਜੀ ਅਤੇ ਉਸਦੀ ਪਤਨੀ ਦਾ ਝਗੜਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫੌਜੀ ਨੌਜਵਾਨ ਅਤੇ ਧਰਮਪਤਨੀ ਵਿੱਚ ਲਗਾਤਾਰ ਅਣਬਣ ਚੱਲ ਰਹੀ ਸੀ ਪਰਿਵਾਰ ਦੇ ਵਿੱਚ ਰਹਿੰਦਿਆਂ ਹਮੇਸ਼ਾ ਆਮ ਪਿੰਡਾਂ ਦੇ ਵਿੱਚ ਪਰਿਵਾਰਾਂ ਵਿੱਚ ਕੋਈ ਨਾ ਕੋਈ ਲੜਾਈ ਝਗੜਾ ਹੋ ਹੀ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਫੌਜੀ ਨੌਜਵਾਨ ਸਿੱਖ ਰੈਜੀਮੈਂਟ ਦਾ ਜੋ ਆਪਣੀ ਯੂਨਿਟ ਵਿੱਚ ਨੌਕਰੀ ਕਰ ਰਿਹਾ ਹੈ ਛੁੱਟੀ ਕੱਟਣ ਵਾਸਤੇ ਆਇਆ ਸੀ ਪਰ ਉਸ ਨੂੰ ਹਾਲਾਤਾਂ ਨੇ ਮਜਬੂਰ ਕੀਤਾ ਟੈਂਕੀ 'ਤੇ ਚੜ੍ਹਨ ਲਈ ਸੋ ਦੋਸਤੋ ਕਿਤੇ ਨਾ ਕਿਤੇ ਕਈ ਪਰਿਵਾਰਾਂ ਦੇ ਵਿੱਚ ਦਾਜ ਦਹੇਜ ਨੂੰ ਲੈ ਕੇ ਬਹੁਤ ਲੜਾਈ ਹੁੰਦੀ ਹੈ ਜਾਂ ਪਰਿਵਾਰ ਵਿੱਚ ਹੋਰ ਵੀ ਕਈ ਝਗੜੇ ਹੋ ਜਾਂਦੇ ਹਨ ਸੋ ਫੌਜੀ ਨੇ ਪੁਲਿਸ ਕੋਲ ਰਿਪੋਰਟ ਵੀ ਕੀਤੀ ਸੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋ ਮੇਰਾ ਜਿਹੜਾ ਆਇਡੈਂਟੀ ਕਾਰਡ ਹੈਗਾ ਮੈਨੂੰ ਦਿੱਤਾ ਜਾ ਸੋ ਇੱਥੇ ਪੱਤਰਕਾਰ ਮੀਡੀਆ ਵੀ ਪਹੁੰਚਿਆ ਹੋਇਆ ਹੈ ਸੋ ਇੱਥੇ ਪੱਤਰਕਾਰ ਜੋ ਪਹੁੰਚੇ ਹਨ ਉੱਪਰ ਟੈਂਕੀ 'ਤੇ ਚੜ੍ਹ ਕੇ ਗੱਲਬਾਤ ਕਰਨ ਜਾ ਰਹੇ ਹਨ ਸੋ ਆਓ ਫੌਜੀ ਨੌਜਵਾਨ ਦੀ ਗੱਲਬਾਤ ਸੁਣਦੇ ਹਾਂ ਸੋ ਦਰਸ਼ਕੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਜਾਇਓ ਮੇਰਾ ਨਾਮ ਜਗਸ਼ਰਨ ਸਿੰਘ ਹੈ ਮਾਮਲਾ ਸਾਹਿਬ ਇਹ ਆ ਮੇਰੇ ਘਰ ਵਾਲੀ ਮੇਰੇ ਨਾਲ ਵਧੀਆ ਰਹਿੰਦੀ ਸੀਗੀ ਪਹਿਲਾਂ ਜੀ ਤੇ ਉਦੋਂ ਬਾਅਦ ਮੈਨੂੰ ਕਹਿੰਦੀ ਮੈਂ 2 ਦਿਨ ਪਿੰਡ ਲਾਇਆ ਵਾ 21 ਤਰੀਕ ਨੂੰ ਮੈਂ ਛੱਡਿਆ ਪਿੰਡ ਹਮੀਦੀ ਤੇ ਉਦੋਂ ਬਾਅਦ ਮੈਂ ਇਹਨੂੰ ਉੱਧਰੋਂ ਲੈਣ ਗਿਆ ਮੈਨੂੰ ਮਨਾ ਕਰਤਾ ਕਹਿੰਦੀ ਮੈਂ ਨਹੀਂ ਜਾਣਾ ਤੇ ਫਿਰ ਮੈਂ ਆਈ ਕਾਰਡ ਦੇਖਿਆ ਘਰੇ ਆਈ ਕਾਰਡ ਹੈ ਨਹੀਂ ਸੀਗਾ ਮੇਰਾ ਆਈ ਕਾਰਡ ਜਦੋਂ ਮੈਨੂੰ ਦੱਸਿਆ ਉਹਨਾਂ ਹੀ ਪੁੱਛਿਆ ਘਰਦਿਆਂ ਨੇ ਪੁੱਛਿਆ ਪੰਚਾਇਤ ਮੈਂਬਰਾਂ ਨੇ ਪੁੱਛਿਆ ਇਹਨਾਂ ਨੇ ਮਨਾ ਕਰਤਾ ਵੀ ਮੇਰੇ ਕੋਲ ਤਾਂ ਹੈ ਨਹੀਂ ਫਿਰ ਮੈਂ ਹਾਰ ਕੇ ਪੁਲਿਸ ਰਿਪੋਰਟ ਦਿੱਤੀ ਠੁੱਲੀਵਾਲ ਥਾਣੇ 'ਚ ਉੱਥੇ 3 ਦਿਨ ਬਾਅਦ ਬੁਲਾਈ ਜੀ ਜੋ 3 ਦਿਨਾਂ ਬਾਅਦ ਥਾਣੇ 'ਚ ਬੁਲਾਇਆ ਗਿਆ ਜੀ ਉਦੋਂ ਬਾਅਦ ਕੋਈ ਇਹਨਾਂ 'ਤੇ ਕਾਰਵਾਈ ਨਹੀਂ ਹੋਈ ਬੁਲਾ ਕੇ ਮੋੜਤਾ ਜੀ ਨਾ ਹੀ ਮੇਰੀ ਤਾਂ ਜਣੀ ਸੁਣੀ ਨਹੀਂ ਥਾਣੇ ਉਹ ਤਾਂ ਕਹਿੰਦੇ ਤੂੰ ਘਰੇ ਲੈ ਜਾ ਮੈਂ ਘਰੇ ਤੋਰ ਦੋ ਆਈ ਕਾਰਡ ਲੈ ਆ ਵੀ ਘਰੇ ਤੋਰ ਦੋ ਮੇਰਾ ਕਿਹੜਾ ਰੌਲਾ ਕੋਈ ਨਾ ਮੈਂ ਲੜ ਕੇ ਛੱਡ ਕੇ ਗਿਆ ਸਹਿਮਤੀ ਨਾਲ ਛੱਡ ਕੇ ਗਿਆ ਲੈਣ ਗਿਆ ਡੈਡੀ ਗਿਆ ਪਹਿਲਾਂ ਉਹਨਾਂ ਨਹੀਂ ਆਈ ਫਿਰ ਮੈਂ ਗਿਆ ਮੈਨੂੰ 30 ਲੱਖ ਰੁਪਏ ਦੀ ਮੰਗ ਕੀਤੀ ਆ ਕੁੜੀ ਨੇ ਮੈਂ ਕਹਿੰਦੀ ਤੂੰ ਮੇਰੇ ਨਾਲ 30 ਲੱਖ ਰੁਪਇਆ ਦੇ ਕੇ ਨਿਬੇੜ ਲਾ ਆਪਦਾ ਆਈ ਕਾਰਡ ਲੈ ਹਾਂਜੀ ਹੁਣ ਨਹੀਂ ਮੰਨ ਰਹੀ ਹਾਂਜੀ ਹਾਂਜੀ ਔਰ ਮੇਰੇ ਨਾਲ ਵਰਬਲੀ ਤੌਰ ਤੇ ਗੱਲਬਾਤ ਹੋਈ ਕਹਿੰਦੀ ਮੈਂ ਹਦੋਂ ਘਰ ਵਸਾਉਣਾ ਨਹੀਂ ਕਹੀ ਨਹੀਂ ਮੈਂ 15 ਲੱਖ ਮੇਰਾ 15 ਲੱਖ ਮੇਰੇ ਮੁੰਡੇ ਦਾ 30 ਲੱਖ ਰੁਪਏ ਦੇ ਮੈਂ ਨਾ ਤਲਾਕ ਲੈ ਤੂੰ ਆਪਦਾ ਜਾ ਮੈਂ ਆਉਂਦਾ ਕੋਈ ਗੱਲਬਾਤ ਨਹੀਂ ਜੇ ਮੇਰਾ ਹੱਲ ਹੁੰਦਾ ਹੁੰਦਾ ਜੀ ਮੈਂ ਇਹਨੂੰ ਆਹ ਵਰਦੀ ਪਾ ਕੇ ਉੱਪਰ ਨਾ ਚੜ੍ਹਨਾ ਪੈਂਦਾ ਇਹ ਬੰਦਾ ਦੁਖੀ ਹੋਇਆ ਜਦੋਂ ਵੀ ਕੁਛ ਕਰਦਾ ਜੀ ਮੇਰਾ ਆਈ ਕਾਰਡ ਦੇ ਦੇ ਜੀ ਨਾ ਮੈਂ ਕੋਈ ਕਾਰਵਾਈ ਆ ਘਰ ਲੈ ਕੇ ਜਾਊਂਗਾ ਕੋਈ ਰੌਲਾ ਨਹੀਂ ਆਈ ਕਾਰਡ ਲਿਆ ਉਹਦੇ ਕੋਲ ਹੀ ਆ ਇਹ ਵੀਰੇ ਜਦੋਂ ਵਿਆਹ ਹੋਇਆ ਉਦੋਂ ਹੀ ਹੋਇਆ
ਜੋਰੋਂ ਦੀ ਚੱਲਦਾ। ਮੇਰਾ ਜਿਹੜਾ ਸਹੁਰਾ ਪਰਿਵਾਰ ਆ ਇਹ ਨੀ ਦੱਸਣ ਦਿੰਦਾ ਉਹਨੂੰ ਕੁੜੀ। ਹਾਂਜੀ ਮੇਰੀ ਕਈ ਵਾਰ ਕੁੱਟਮਾਰ ਵੀ ਹੋਈ ਆ, ਉਹ ਨੀ ਕਿਸੇ ਨੇ ਸੁਣੀ ਮੇਰੀ ਵੀਰੇ। ਹੁਣ ਮੈਂ ਅੱਕਿਆ ਹੋਇਆ ਬੰਦਾ ਵੀ ਇਹ ਕਦਮ ਚੱਕਦਾ, ਨਹੀਂ ਕਿਸੇ ਨੂੰ ਸ਼ੌਂਕ ਨੀ ਹੈਗਾ ਵਰਦੀ ਪਾ ਕੇ ਉੱਪਰ ਜਾਣਾ। ਨਾ ਹੁਣ ਕੋਈ ਨੀ ਹੋਇਆ, ਹਾਂ ਜਦੋਂ ਮੇਰੀ ਸੁਣੀ ਨੀ ਹੈਗੀ। ਹਾਂਜੀ ਤੇ ਸਹੁਰੇ ਪਰਿਵਾਰ ਤੋਂ ਤੰਗ ਹੀ ਬਹੁਤ ਆ। ਆਈ ਕਾਰਡ ਲਿਆ ਵੇ ਬਈ, ਕੋਈ ਰੌਲਾ ਨੀ ਆਪਣਾ, ਆਈ ਕਾਰਡ ਲਿਆ ਵੇ। ਨਹੀਂ ਮੈਨੂੰ ਦੇਣਾ ਇੱਥੇ ਸਾਂਝੇ ਬੰਦੇ ਨੂੰ ਫੜਾ ਦੇ ਵੀ ਆਹ ਲਓ ਜੀ ਆਪਣਾ। ਮੈਂ 1 ਤਰੀਕ ਨੂੰ ਜਾਣਾ ਜੀ। ਜੁੰਟ ਜੀ ਵੀ ਮੈਂ ਰਿਪੋਰਟ ਕਰਤੀ, ਉਹ ਕਹਿੰਦੇ ਵੀ ਤੂੰ ਆ ਰਹਾ ਥਾਣੇ, ਜੇ ਆ ਥਾਣੇ ਤੁਹਾਨੂੰ ਪਤਾ ਮੈਂ ਜਾ ਰਿਹਾ, ਕੋਈ ਹੱਲ ਨੀ। ਸਾਰੇ 85 ਸਮਝੌਤੇ ਨੇ ਵੀ ਸਾਰਾ ਕੁਛ ਆ ਜੀ। ਹੁਣ 10 ਤਰੀਕ ਨੂੰ ਕੇਸ ਹੀ ਵਾਪਸ ਲਿਆ ਦੋਨਾਂ ਤੇ ਰਾਣੇ ਸੀ, ਕੋਈ ਨੀ ਗਿਆ। ਮੈਂ ਕਿਹਾ ਮੇਰੇ ਵਾਈਫ ਦੀ ਦੋਨੇ ਕੋਰਟ ਚ ਜੱਜ ਸਾਹਮਣੇ ਕੇਸ ਵਾਪਸ ਹੋਏ ਨੇ। ਹਾਂਜੀ ਬਸ ਮੇਰੀ ਇਹੀ ਆਈ ਆਈ ਕਾਰਡ ਲਿਆ ਵੀ, ਹੋਰ ਕੋਈ ਆਪਣਾ ਹੋ ਨਹੀਂ ਹੈਗਾ। ਮੈਨੂੰ ਨਹੀਂ ਦੇਣਾ, ਸਾਂਝੇ ਬੰਦੇ ਨੂੰ ਫੜਾ ਦੇ ਬਸ। ਮੇਨ ਆਈ ਕਾਰਡ ਆ, ਉਦੋਂ ਬਾਅਦ ਮੇਰੇ ਨਾਲ ਘਰੇ ਚੱਲੇ, ਮੈਂ ਘਰ ਵਸਾਉਣਾ ਚਾਹੁੰਦਾ। ਤੁਸੀਂ ਦੇਖ ਸਕਦੇ ਹੋ ਫੌਜੀ ਨੌਜਵਾਨ ਟੈਂਕੀ ਤੇ ਚੜਿਆ ਹੋਇਆ ਦਿਖਾਈ ਦੇ ਰਿਹਾ ਹੈ। ਭਾਰੀ ਤਾਦਾਦ ਵਿੱਚ ਲੋਕ ਇੱਥੇ ਦੇਖਣ ਵਾਸਤੇ ਪਹੁੰਚ ਰਹੇ ਹਨ, ਸੋ ਨੇੜੇ ਤੇੜੇ ਦੇ ਲੋਕ ਇੱਥੇ ਪਹੁੰਚ ਚੁੱਕੇ ਹਨ। ਇੱਥੇ ਇਲਾਕੇ ਦੇ ਕੁਝ ਆਗੂ ਸਾਹਿਬਾਨ ਵੀ ਪਹੁੰਚੇ ਹਨ, ਜੋ ਕਿ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਦੀ ਜਦੋਜਹਿਦ ਜਾਰੀ ਰੱਖ ਰਹੇ ਹਨ। ਸੋ ਤੁਸੀਂ ਪਿੰਡ ਹਮੀਦੀ ਟੈਂਕੀ ਤੇ ਉੱਪਰ ਚੜ੍ਹੇ ਫੌਜੀ ਨੌਜਵਾਨ ਨੂੰ ਵੇਖ ਰਹੇ ਹੋ, ਇੱਥੇ ਲੋਕਾਂ ਦਾ ਬਹੁਤ ਵੱਡਾ ਇਕੱਠ ਹੋ ਗਿਆ ਹੈ, ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਸੋ ਪਰਿਵਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਫੌਜੀ ਨੌਜਵਾਨ ਨੇ ਛੁੱਟੀ ਕੱਟ ਕੇ ਜਾਣਾ ਸੀ, ਫੌਜੀ ਨੂੰ ਉਸਦਾ ਆਈਡੈਂਟੀ ਕਾਰਡ ਨਹੀਂ ਮਿਲ ਰਿਹਾ। ਸੋ ਪਿਆਰੇ ਦਰਸ਼ਕੋ, ਜੋ ਫੌਜੀ ਵੀਰ ਸਿੱਖ ਰੈਜੀਮੈਂਟ ਦਾ ਛੁੱਟੀ ਕੱਟਣ ਵਾਸਤੇ ਆਇਆ ਸੀ, ਮੌਜੂਦਾ ਹਾਲਾਤਾਂ ਨੇ ਉਸ ਨੂੰ ਟੈਂਕੀ 'ਤੇ ਚੜ੍ਹਨ ਵਾਸਤੇ ਮਜਬੂਰ ਕਿਉਂ ਕੀਤਾ? ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣੇ ਜ਼ਰੂਰ ਕਰੋ। ਨਵੇਂ ਦਰਸ਼ਕ, ਲੋਕਾਂ ਦੀ ਆਵਾਜ਼ TV ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫਾਲੋ ਕਰਨਾ ਨਾ ਭੁੱਲਣਾ। ਧੰਨਵਾਦ।